ਅੱਜ ਤਾਂ ਜੀ ਇੱਕ ਤਾਂ ਯੂਨੀਅਨ ਤੋਂ ਯੂਨੀਅਨ ਨੂੰ ਕਿਹਾ ਆ ਵੀ ਤੁਸੀਂ ਆਪਣੀ ਸਟੇਟਸ ਫਾਈਲ ਕਰੋ, ਤੇ ਦੂਜਾ ਤੁਸੀਂ ਜਿਹੜਾ ਇਹ ਐਫੀਡੈਵਿਟ ਫਾਈਲ ਕੀਤਾ ਇਹ ਰੈਪੀਟੀਸ਼ਨ ਆਫ ਵਰਡ ਆ, ਤੇ ਇਹਨੂੰ ਪ੍ਰੋਪਰ ਫਾਈਲ ਕਰੋ ਵੀ ਕੀ ਰੀਸੈਂਟ ਡਿਵੈਲਪਮੈਂਟਸ ਨੇ। ਤੇ ਦੂਜਾ ਫਾਰਮਰਸ ਨੂੰ ਵੀ ਕਿਹਾ ਗਿਆ ਆ ਵੀ ਤੁਸੀਂ ਇੱਕ ਵਹੀਕਲ ਕੋਈ ਹੋਰ ਯੂਜ ਕਰੋ, ਟਰੈਕਟਰ ਨਾ ਯੂਜ ਕਰੋ ਜੇ ਪ੍ਰੋਟੈਸਟ ਕਰਨਾ। ਬਾਕੀ ਇਹ ਸਾਡੀ ਸਾਰੀ ਆਪਸ ਦੀ ਗੱਲ ਹੈ, ਬਾਕੀ ਪੰਜਾਬ ਨੂੰ ਡਾਇਰੈਕਸ਼ਨ ਹੋਈ ਹੈ ਵੀ ਤੁਸੀਂ ਇਹਨਾਂ ਨੂੰ ਇਕੱਠੇ ਨਾ ਹੋਣ ਦਿਓ। ਬਟ ਅਸੀਂ ਆਪਣੀ ਆਰਗੂਮੈਂਟ ਰੇਜ਼ ਕੀਤੀ ਉੱਥੇ, ਅਸੀਂ ਕੀਤੀ ਕਿ ਜਦੋਂ ਇਹ ਅਸੀਂ ਜੱਜਮੈਂਟਸ ਲੈ ਕੇ ਗਏ ਸੀ ਕਿ ਇਨ ਦਾ ਨੇਮ ਆਫ ਰੀਜ਼ਨੇਬਲ ਰੈਸਟ੍ਰਿਕਸ਼ਨ ਸਟੇਟ ਕੈਨ ਨੋਟ ਇੰਪੋਜ਼ ਅਨਰੀਜ਼ਨੇਬਲ ਬਾਉਂਡੇਸ਼ਨ ਔਨ ਦਾ ਪੀਸਫੁਲ ਪ੍ਰੋਟੈਸਟ। ਸੋ ਇਹ ਜੱਜਮੈਂਟ ਸੀਗੀ ਅਗਲੀ ਡੇਟ ਇੱਕ ਹਫਤੇ ਦੀ ਡੇਟ ਪਈ ਹੈ ਤੇ ਹਾਂਜੀ ਕਿਸਾਨਾਂ ਦੇ ਮੰਤਰੀਆਂ ਦੇ ਵਿੱਚ ਉਹਦੀ ਰਿਪੋਰਟ ਦਿੱਤੀ ਜਾਵੇ ਜੀ। ਹਾਂਜੀ ਇਹ ਸਾਰਿਆਂ ਨੂੰ ਕਿਹਾ ਜਿਹੜੀ ਵੀ ਮੀਟਿੰਗ ਹੋਈ ਹੈ ਉਹਦੇ ਤੁਸੀਂ ਐਫੀਡੈਵਿਟ, ਉਹ ਪਿਛਲੀ ਡੇਟ ਤੇ ਵੀ ਸੀਗਾ ਵੀ ਜਦੋਂ ਇਹ ਸੰਡੇ ਨੂੰ ਜਾਂ ਨੈਕਸਟ ਡੇ ਜਿਹੜੀ ਵੀ ਮੀਟਿੰਗ ਹੈ ਇਹਦਾ ਤੁਸੀਂ ਬਾਈ ਵੇ ਆਫ ਐਫੀਡੈਵਿਟ ਲੈ ਕੇ ਆਓਗੇ ਵੀ ਕੀ ਹੋਇਆ ਆ। ਬਟ ਉਹ ਹਲੇ ਐਫੀਡੈਵਿਟ ਇਹ ਹੋਇਆ ਆ ਵੀ ਕੁਛ ਆਇਆ ਨਹੀਂ, ਤੇ ਅਗਲੇ ਰੀਸੈਂਟ ਡਿਵੈਲਪਮੈਂਟ ਦੇ ਨਾਲ ਫਰੈਸ਼ ਐਫੀਡੈਵਿਟ ਆਉਣਾ। ਹਾਈ ਕੋਰਟ ਨੇ ਸਾਫ ਕਹਿਤਾ ਕਿ ਟਰੈਕਟਰ ਟਰਾਲੀ ਨਹੀਂ ਬੱਸਾਂ ਤੇ ਚੱਲੇ, ਮੋਟਰ ਵਹੀਕਲ ਤੁਸੀਂ ਹਾਈਵੇ ਤੇ ਲੈ ਕੇ ਜਾ ਨਹੀਂ ਸਕਦੇ ਟਰੈਕਟਰ ਟਰਾਲੀਆਂ। ਹਾਂਜੀ ਹਾਂਜੀ ਇਹ ਵੀ ਕਹੀ ਆ, ਬਟ ਚਲੋ ਉਹ ਬਿਟਵੀਨ ਮੀ ਐਂਡ ਏ ਆਫੀਸਰ ਆਫ ਕੋਰਟ ਤੇ ਬਿਟਵੀਨ ਕੋਰਟ ਹੈ, ਉਹ ਐਵਰੀ ਆਰਡਰ ਇਜ਼ ਅਪੀਲੇਬਲ ਐਂਡ ਚੈਲੇਂਜੇਬਲ ਬਿਫੋਰ ਦਾ, ਸੋ ਆਪਾਂ ਆਪਣੀ ਅਵੇਲੇਬਲ ਰੈਮਡੀ ਅਵੇਲ ਕਰਾਂਗੇ। ਤੇ ਅੱਜ ਤਾਂ ਜੀ ਇੱਕ ਤਾਂ ਯੂਨੀਅਨ ਨੂੰ ਕਿਹਾ ਆ ਵੀ ਤੁਸੀਂ ਆਪਣੀ ਸਟੇਟਸ ਫਾਈਲ ਕਰੋ, ਤੇ ਦੂਜਾ ਤੁਸੀਂ ਜਿਹੜਾ ਇਹ ਐਫੀਡੈਵਿਟ ਫਾਈਲ ਕੀਤਾ ਇਹ ਰੈਪੀਟੀਸ਼ਨ ਆਫ ਵਰਡ ਆ, ਤੇ ਇਹਨੂੰ ਪ੍ਰੋਪਰ ਫਾਈਲ ਕਰੋ ਵੀ ਕੀ ਰੀਸੈਂਟ ਡਿਵੈਲਪਮੈਂਟਸ ਨੇ। ਤੇ ਦੂਜਾ ਫਾਰਮਰਸ ਨੂੰ ਵੀ ਕਿਹਾ ਗਿਆ ਆ ਵੀ ਤੁਸੀਂ ਇੱਕ ਵਹੀਕਲ ਕੋਈ ਹੋਰ ਯੂਜ ਕਰੋ, ਟਰੈਕਟਰ ਨਾ ਯੂਜ ਕਰੋ ਜੇ ਪ੍ਰੋਟੈਸਟ ਕਰਨਾ। ਬਾਕੀ ਇਹ ਸਾਡੀ ਸਾਰੀ ਆਪਸ ਦੀ ਗੱਲ ਹੈ, ਬਾਕੀ ਪੰਜਾਬ ਨੂੰ ਡਾਇਰੈਕਸ਼ਨ ਹੋਈ ਹੈ ਵੀ ਤੁਸੀਂ ਇਹਨਾਂ ਨੂੰ ਇਕੱਠੇ ਨਾ ਹੋਣ ਦਿਓ। ਬਟ ਅਸੀਂ ਆਪਣੀ ਆਰਗੂਮੈਂਟ ਰੇਜ਼ ਕੀਤੀ ਉੱਥੇ, ਅਸੀਂ ਕੀਤੀ ਕਿ ਜਦੋਂ ਇਹ ਅਸੀਂ ਜੱਜਮੈਂਟਸ ਲੈ ਕੇ ਗਏ ਸੀ ਕਿ ਇਨ ਦਾ ਨੇਮ ਆਫ ਰੀਜ਼ਨੇਬਲ ਰੈਸਟ੍ਰਿਕਸ਼ਨ ਸਟੇਟ ਕੈਨ ਨੋਟ ਇੰਪੋਜ਼ ਅਨਰੀਜ਼ਨੇਬਲ ਬਾਉਂਡੇਸ਼ਨ ਔਨ ਦਾ ਪੀਸਫੁਲ ਪ੍ਰੋਟੈਸਟ। ਸੋ ਇਹ ਜੱਜਮੈਂਟ ਸੀਗੀ, ਅਗਲੀ ਡੇਟ ਇੱਕ ਹਫਤੇ ਦੀ ਡੇਟ ਪਈ ਹੈ ਤੇ ਹਾਂਜੀ ਕਿਸਾਨਾਂ ਦੇ ਮੰਤਰੀਆਂ ਦੇ ਵਿੱਚ ਉਹਦੀ ਰਿਪੋਰਟ ਦਿੱਤੀ ਜਾਵੇ ਜੀ। ਹਾਂਜੀ ਇਹ ਸਾਰਿਆਂ ਨੂੰ ਕਿਹਾ ਜਿਹੜੀ ਵੀ ਮੀਟਿੰਗ ਹੋਈ ਹੈ ਉਹਦੇ ਤੁਸੀਂ ਐਫੀਡੈਵਿਟ, ਉਹ ਪਿਛਲੀ ਡੇਟ ਤੇ ਵੀ ਸੀਗਾ ਵੀ ਜਦੋਂ ਇਹ ਸੰਡੇ ਨੂੰ ਜਾਂ ਨੈਕਸਟ ਡੇ ਜਿਹੜੀ ਵੀ ਮੀਟਿੰਗ ਹੈ ਇਹਦਾ ਤੁਸੀਂ ਬਾਈ ਵੇ ਆਫ ਐਫੀਡੈਵਿਟ ਲੈ ਕੇ ਆਓਗੇ ਵੀ ਕੀ ਹੋਇਆ ਆ। ਬਟ ਉਹ ਹਲੇ ਐਫੀਡੈਵਿਟ ਇਹ ਹੋਇਆ ਆ ਵੀ ਕੁਛ ਆਇਆ ਨਹੀਂ, ਤੇ ਅਗਲੇ ਰੀਸੈਂਟ ਡਿਵੈਲਪਮੈਂਟ ਦੇ ਨਾਲ ਫਰੈਸ਼ ਐਫੀਡੈਵਿਟ ਆਉਣਾ। ਹਾਈ ਕੋਰਟ ਨੇ ਸਾਫ ਕਹਿਤਾ ਕਿ ਟਰੈਕਟਰ ਟਰਾਲੀ ਨਹੀਂ ਬੱਸਾਂ ਤੇ ਚੱਲੇ, ਮੋਟਰ ਵਹੀਕਲ ਤੁਸੀਂ ਹਾਈਵੇ ਤੇ ਲੈ ਕੇ ਜਾ ਨਹੀਂ ਸਕਦੇ ਟਰੈਕਟਰ ਟਰਾਲੀਆਂ। ਹਾਂਜੀ ਹਾਂਜੀ ਇਹ ਵੀ ਕਹੀ ਆ, ਬਟ ਚਲੋ ਉਹ ਬਿਟਵੀਨ ਮੀ ਐਂਡ ਏ ਆਫੀਸਰ ਆਫ ਕੋਰਟ ਤੇ ਬਿਟਵੀਨ ਕੋਰਟ ਹੈ, ਉਹ ਐਵਰੀ ਆਰਡਰ ਇਜ਼ ਅਪੀਲੇਬਲ ਐਂਡ ਚੈਲੇਂਜੇਬਲ ਬਿਫੋਰ ਦਾ, ਸੋ ਆਪਾਂ ਆਪਣੀ ਅਵੇਲੇਬਲ ਰੈਮਡੀ ਅਵੇਲ ਕਰਾਂਗੇ। ਤੇ ਠੀਕ ਠੀਕ